ਕਾਲ ਤੁਸ ਦੇਖ ਰਹੇ ਹੋ ਚੈਨਲ ਨਿਊਜ਼ ਟਾਈਮ ਪੰਜਾਬ ਤੇ ਸਾਡਾ ਖਾਸ ਪ੍ਰੋਗਰਾਮ ਆਸ ਸ਼ਰਧਾ ਤੋਂ ਸ਼ਰਧਾ ਮੈਂ ਸੰਜੀਵ ਸ਼ਰਮਾ ਤੇ ਮੇਰੇ ਨਾਲ ਦੇ ਸਹਿਯੋਗੀ ਜਿੰਦਰ ਜੁੜੇ ਅੱਜ ਕੱਲ੍ਹ ਕਰਾਂਗੇ ਅਭਿਮਨਿਊ ਦੀ ਜਿਨ੍ਹਾਂ ਨੇ ਮਹਾਭਾਰਤ ਵਿੱਚ ਬਹੁਤ ਅਹਿਮ ਰੋਲ ਨਿਭਾਇਆ ਅਤੇ ਵੀਰਗਤੀ ਨੂੰ ਪ੍ਰਾਪਤ ਕੀਤਾ ਕਹਿੰਦੇ ਨੇ ਹਰ ਯੁੱਗ ਵਿੱਚ ਜਦੋਂ ਜਦੋਂ ਵੀ ਧਰਤੀ 'ਤੇ ਅੰਧੇਰਾ ਹੁੰਦਾ ਹੈ ਅਰਥਾਤ ਧਰਤੀ 'ਤੇ ਹਾਹਾਕਾਰ ਮਚ ਜਾਂਦੀ ਹੈ ਤਾਂ ਉਸ ਵੇਲੇ ਭਗਵਾਨ ਕਿਸੇ ਨਾ ਕਿਸੇ ਰੂਪ ਵਿੱਚ ਜਨਮ ਲੈਂਦੇ ਨੇ ਅਤੇ ਧਰਤੀ ਦੇ ਆ ਕੇ ਆਪਣੇ ਲੋਕਾਂ ਨੂੰ ਬਚਾਉਂਦੇ ਨੇ ਅੱਜ ਗੱਲ ਕਰਾਂਗੇ ਅਭਿਮਨਿਊ ਜੋ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦੋਸਤ ਅਰਜੁਨ ਦਾ ਪੁੱਤਰ ਸੀ ਅਤੇ ਕਿਸ ਤਰ੍ਹਾਂ ਉਹ ਮਹਾਭਾਰਤ ਦੇ ਯੁੱਧ ਵਿੱਚ ਮਾਰਿਆ ਗਿਆ ਅਤੇ ਚੱਕਰਵਿਊਹ ਦੇ ਵਿੱਚ ਫਸ ਗਿਆ ਅੱਜ ਅਸੀਂ ਜਾਣਾਂਗੇ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਕਿਉਂ ਅਭਿਮਨਿਊ ਨੂੰ ਉਸ ਚੱਕਰਵਿਊਹ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਗੱਲ ਉਸ ਵੇਲੇ ਦੀ ਹੈ ਜਦੋਂ ਤੱਕ ਦਾ ਅੰਤ ਹੋਣ ਵਾਲਾ ਸੀ ਅਤੇ ਉਸ ਵੇਲੇ ਭਗਵਾਨ ਵਿਸ਼ਨੂੰ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਅਵਤਾਰ ਲਿਆ ਭਗਵਾਨ ਬ੍ਰਹਮਾ ਜੀ ਅਤੇ ਹੋਰ ਦੇਵੀ ਦੇਵਤਾਵਾਂ ਨੇ ਵੀ ਅਲੱਗ ਅਲੱਗ ਅਵਤਾਰ ਧਾਰਨ ਕਰਕੇ ਧਰਤੀ 'ਤੇ ਸਥਾਨ ਲਿਆ ਪਰ ਚੰਦਰਮਾ ਮਹਾਰਾਜ ਨੇ ਆਪਣੇ ਬੇਟੇ ਨੂੰ ਧਰਤੀ 'ਤੇ ਆਉਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਉਹਨਾਂ ਦਾ ਬੇਟਾ ਧਰਤੀ 'ਤੇ ਨਹੀਂ ਜਾਵੇਗਾ ਉਸ ਤੋਂ ਬਾਅਦ ਸਾਰੇ ਦੇਵੀ ਦੇਵਤਿਆਂ ਨੇ ਚੰਦਰਮਾ ਜੀ ਨੂੰ ਮਨਾਇਆ ਅਤੇ ਆਖਿਆ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਧਰਤੀ 'ਤੇ ਹਾਹਾਕਾਰ ਮੱਚ ਜਾਵੇਗੀ ਅਤੇ ਬਹੁਤ ਨੁਕਸਾਨ ਹੋਵੇਗਾ ਜਦੋਂ ਸਾਰੇ ਦੇਵੀ ਦੇਵਤਾਵਾਂ ਨੇ ਚੰਦਰਮਾ ਮਹਾਰਾਜ ਨੂੰ ਮਨਾਇਆ ਤਾਂ ਚੰਦਰਮਾ ਮਹਾਰਾਜ ਨੇ ਇੱਕ ਸ਼ਰਤ ਰੱਖੀ ਕਿ ਉਹਨਾਂ ਦਾ ਬੇਟਾ ਕ੍ਰਿਸ਼ਨ ਮਹਾਰਾਜ ਦੇ ਖਾਸ ਦੋਸਤ ਅਰਜੁਨ ਦੇ ਪੁੱਤਰ ਅਭਿਮਨਿਊ ਦੇ ਰੂਪ ਵਿੱਚ ਜਨਮ ਲਵੇਗਾ ਅਤੇ ਕੌਰਵਾਂ ਦੇ ਨਾਲ ਯੁੱਧ ਲੜੇਗਾ ਅਤੇ ਇਸੇ ਤਰ੍ਹਾਂ ਵੀਰਗਤੀ ਨੂੰ ਪ੍ਰਾਪਤ ਹੋਵੇਗਾ ਤਾਂ ਜੋ ਉਸਦਾ ਨਾਮ ਪੂਰੇ ਸੰਸਾਰ 'ਤੇ ਬਣਿਆ ਰਹੇ ਇਸ ਤਰ੍ਹਾਂ ਸਾਰੇ ਦੇਵੀ ਦੇਵਤਿਆਂ ਨੇ ਚੰਦਰਮਾ ਮਹਾਰਾਜ ਦੀ ਗੱਲ ਮੰਨ ਲਈ ਅਤੇ ਉਹਨਾਂ ਦੇ ਪੁੱਤਰ ਅਭਿਮਨਿਊ ਨੂੰ ਅਰਜੁਨ ਦਾ ਪੁੱਤਰ ਬਣਾ ਕੇ ਧਰਤੀ 'ਤੇ ਭੇਜਿਆ ਅਤੇ ਅਵਤਾਰ ਉਤਾਰਿਆ ਇਸ ਤਰ੍ਹਾਂ ਅਭਿਮਨਿਊ ਨੇ ਕੌਰਵਾਂ ਦੇ ਨਾਲ ਆਪਣੇ ਮਹਾਭਾਰਤ ਦੇ ਯੁੱਧ ਵਿੱਚ ਜ਼ੋਰ ਦਿਖਾਏ ਇਸੇ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਅਭਿਮਨਿਊ ਨੂੰ ਮਹਾਭਾਰਤ ਦੇ ਯੁੱਧ ਵਿੱਚ ਨਹੀਂ ਬਚਾਇਆ ਸੀ ਅੱਜ ਦੇਖ ਰਹੀ ਸੀ ਕਹਾਣੀ ਅਭਿਮਨਿਊ ਦੀ ਅਗਲੇ ਹਫ਼ਤੇ ਫਿਰ ਮਿਲਾਂਗੇ ਇਸ ਪ੍ਰੋਗਰਾਮ ਵਿੱਚ ਜਿਸ ਤਰ੍ਹਾਂ ਹੈ ਆਸਤਾ